हेलो एवरीवन, सत श्री अकाल। किवें हो जी तुसीं सारे? आई होप तुसीं सारे ठीक होवोंगे। मैं भी ठीक हाँ जी। स्वागत करदी हाँ तुहाडा पंजाबी वट फैमिली विच। होर सुनाओ जी, घर परिवार सब राजी खुशी? लो जी, इत्थे डीक रहे सी असीं, अपनी ननद नूं आ गई सी। उह मूहरले कमरे च जिथे गेट वड़दी आ ना, डैडी जी नूं मिल रहे सीगे असीं, मैं ते यूवी मम्मी। उह पहलां आ के जी मुड़ गई सी। मैं गई सी गुरद्वारा साहिब नानक, इत्थे अरदास सी सुखमनी साहब दी अपनी, ते इत्थे साढ़े कोले 2 किलोमीटर दी दूरी ते भाजी दी रिश्तेदारी सीगी उत्थे। फिर पहलां आ के उह मिल के मेरे गई गई उधर नूं चले गए सी जी। हुण वापस आ के तां मैनूं मिली सीगी, ते मम्मी हुणां नूं तां पहलां मिल गए सीगे आ के। तो उन्हां दे आउण तों बाद गल्लां बातां मार के जी हुण मैं कर ली सैंडविच दी तैयारी। सैंडविच बनावांगे, उह कहिंदी वी आपां खाणे आ सैंडविच, है ना। पहलां तां मैं सोचिया सी वी ਆਪਾਂ ਬਾਹਰੋਂ ਮੰਗਾ ਲੈਂਦੇ ਹਾਂ ਸ਼ੋਪ ਤੋਂ ਕੁਛ। ਉਹ ਕਹਿੰਦੀ ਨਹੀਂ ਵੀ ਕੁਛ ਨਹੀਂ ਖਾਣਾ ਹੈ, ਗਰਮੀ ਬਹੁਤ ਆ, ਵੀ ਆਪਾਂ ਸੈਂਡਵਿਚ ਇਹ ਬਣਾਉਂਦੇ ਹਾਂ, ਚਲ ਉਹ ਖਾ ਲੈਂਦਾ ਵੀ, ਨਵਨੀਤ ਵੀ ਉਹਦਾ ਬੇਟਾ ਵੀ ਖੁਸ਼ ਹੋ ਕੇ ਖਾ ਲੈਂਦਾ। ਮੈਂ ਕਿਹਾ ਚੱਲ ਠੀਕ ਆ ਫਿਰ, ਜਿਵੇਂ ਤੈਨੂੰ ਠੀਕ ਲੱਗਦਾ, ਹੈ ਨਾ। ਲਓ ਜੀ, ਇੱਥੇ ਮੈਂ ਲੱਗ ਗਈ ਸੀਗੀ, ਆਲੂ ਮੈਂ ਉਬਾਲ ਲਏ ਸੀਗੇ, ਅਤੇ ਸੈਂਡਵਿਚ ਨੂੰ ਮੈਂ ਬ੍ਰੈਡ ਨੂੰ ਮੈਂ ਇੱਕ ਸਾਈਡ 'ਤੇ ਸੌਸ ਲਾ ਲਈ ਸੀ ਟਮਾਟੋ ਸੌਸ, ਅਤੇ ਇੱਕ ਸਾਈਡ 'ਤੇ ਲਾ ਲਈ ਸੀਗੀ ਮਿਊਨੀਜ਼। ਅਤੇ ਉਹਨਾਂ ਨੇ ਵੈਜੀਟੇਬਲ ਸੈਂਡਵਿਚ ਨਹੀਂ ਸੀ ਖਾਣੇ ਜੀ, ਉਹਨਾਂ ਨੇ ਆਲੂ ਵਾਲੇ ਹੀ ਖਾਣੇ ਸੀ। ਅਤੇ ਆਲੂ ਸੀਗੇ ਜੀ ਬਹੁਤ ਗਰਮ, ਜਲਦੀ ਜਲਦੀ ਕਰਕੇ ਠੰਡੇ ਕਰਨ ਦਾ ਟਾਈਮ ਨਹੀਂ ਸੀ, ਇਸ ਲਈ ਮੈਂ ਗਲਾਸ ਨਾਲ ਭੰਨਣ ਲੱਗ ਗਈ। ਗਲਾਸ ਨਾਲ ਵੀ ਜੀ ਬਹੁਤ ਵਧੀਆ ਉਹ ਹੋਏ ਸੀਗੇ, ਬੈਕ ਸਾਈਡ ਤੋਂ ਨਾ ਚੌਰਸ ਗਲਾਸ ਸੀਗਾ, ਐਨ ਇਹ ਇੰਨੇ ਵਧੀਆ ਉਹ ਹੋਏ ਸੀ, ਮਤਲਬ ਫੁੱਟ ਗਏ ਸੀਗੇ, ਐਨ ਚੰਗੀ ਤਰ੍ਹਾਂ ਮਿਕਸ ਹੋ ਗਏ ਸੀਗੇ। ਪਹਿਲਾਂ ਮੈਨੂੰ ਸੀਗੇ ਪਤਾ ਨਹੀਂ ਹੋਣਗੇ ਨਹੀਂ, ਪਰ ਬਹੁਤ ਵਧੀਆ ਹੋ ਗਏ ਸੀਗੇ। ਮੈਂ ਕਿਹਾ ਘਰੇਲੂ ਤਰਕੀਬ ਵਧੀਆ, ਵੀ ਤੁਸੀਂ ਵੀ ਗਲਾਸ ਨਾਲ ਗਰਮ ਹੁੰਦੇ ਨੇ ਨਾ ਜ਼ਿਆਦਾ, ਗਲਾਸ ਨਾਲ ਮਿਕਸ ਕਰ ਲਿਆ ਕਰੋ, ਐਂਡ 'ਤੇ ਜਾਣੂ ਹਵਾ ਜੀ ਨਿਕਲੀ ਤਾਂ ਫਿਰ ਹੱਥ ਨਾਲ ਕਰ ਲਵੇ ਜੀ ਮਿਕਸ। ਪਹਿਲਾਂ ਹੋ ਸਕਦਾ ਜੀ ਕਈ ਭੈਣਾਂ ਮੇਰੀਆਂ ਕਰਦੀਆਂ ਵੀ ਹੋਣ, ਪਰ ਮੈਂ ਤਾਂ ਪਹਿਲੀ ਵਾਰ ਟਰਾਈ ਕਰੇ ਸੀਗੇ ਜੀ, ਮੈਨੂੰ ਵਧੀਆ ਲੱਗਿਆ ਤਰੀਕਾ, ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗ ਗਈ। ਲਓ ਜੀ, ਮੈਂ ਮਿਕਸ ਕਰ ਲਿਆ, ਲੂਣ ਮਿਰਚ ਪਾ ਲਿਆ ਸੀਗਾ, ਥੋੜ੍ਹਾ ਜੀਰਾ ਪਾ ਲਿਆ ਸੀਗਾ, ਧਨੀਆ ਪਾਊਡਰ ਉਸੇ ਤਰ੍ਹਾਂ ਸਿੰਪਲ ਜਿਹੇ ਤਰੀਕੇ ਨਾਲ, ਕਾਲੀ ਮਿਰਚ ਪਾਊਡਰ। ਅਤੇ ਹੁਣ ਆਪਾਂ ਸੈਂਡਵਿਚ ਭਰ ਭਰ ਕੇ, ਮੈਂ ਸੈਂਡਵਿਚ ਬਣਾਉਣੇ ਜੀ ਮੈਨੂੰ ਸਭ ਤੋਂ ਆਸਾਨ ਲੱਗਦੇ ਨੇ, ਕਿਉਂਕਿ ਇਹ ਪਸੰਦ ਵੀ ਸਾਰਿਆਂ ਦੇ ਨੇ। ਦੇਖੋ ਜੀ, ਯੂਵੀ ਵੀ ਬਹੁਤ ਖੁਸ਼ ਹੋ ਕੇ ਖਾਂਦਾ, ਇਹਨਾਂ ਨੂੰ ਵੀ ਸੀਗਾ ਵੀ ਸਾਨੂੰ ਪਸੰਦ ਨੇ, ਅਸੀਂ ਇਹੀ ਖਾਣੇ ਨੇ। ਦੇਖੋ ਜੀ, ਨਾਲੇ ਇਹ ਗਰਮੀ 'ਚ ਇਹ ਹੋ ਜਾਂਦਾ ਵੀ ਓਇਲੀ ਨਹੀਂ ਜ਼ਿਆਦਾ ਹੈਗੇ, ਕਿਉਂਕਿ ਜੇ ਹੁਣ ਦੇਖੋ ਜੀ ਆਪਾਂ ਪਕੌੜੇ ਬਣਾਉਂਦੇ ਹਾਂ ਜਾਂ ਕੋਈ ਹੋਰ ਤਲੀ ਹੋਈ ਚੀਜ਼ ਬਣਾਉਂਦੇ ਹਾਂ, ਉਹ ਜ਼ਿਆਦਾ ਤੇਲ ਕਰਕੇ ਫਿਰ ਪਾਣੀ ਪੀ ਹੋਈ ਜਾਂਦਾ, ਵਾਰ ਵਾਰ ਉਹਦੇ 'ਚ ਪਾਣੀ ਪੀ ਜਾਓ। ਜਿੰਨਾ ਪਾਣੀ ਵੱਧ ਪੀਂਦੇ ਹਾਂ ਜੀ ਗਰਮੀ 'ਚ, ਓਨਾ ਹੀ ਪੇਟ ਵੱਧ ਹੋ ਜਾਂਦਾ ਹੈ, ਫਿਰ ਪਾਣੀ ਪੀ ਪੇਟ ਡਫਰ ਜਾਂਦਾ, ਖਾਣ ਨੂੰ ਤਾਂ ਕੁਝ ਜੀਏ ਨਹੀਂ ਕਰਦਾ ਹੈਗਾ। ਇਹ ਹਲਕੇ ਨੇ ਜੀ, ਇਹਦੇ ਨਾਲ ਸਿੰਪਲ ਜੇ, ਨਾਲੇ ਛੇਤੀ ਬਣ ਜਾਂਦੇ ਨੇ, ਨਾਲੇ ਹਲਕੇ ਦੇ ਹਲਕੇ। ਅਤੇ ਲਓ ਜੀ, ਹੁਣ ਮੈਂ ਭਰ ਕੇ ਨਾਲ ਦੀ ਨਾਲ, ਹੈ ਨਾ, ਸੈਂਡਵਿਚ ਇਹਨਾਂ ਨੂੰ ਖਿਲਾ ਦੂੰਗੀ ਸਾਰਿਆਂ ਨੂੰ। ਸੱਚ ਜਾਣਿਓ ਜੀ, ਇੰਨੀ ਰੌਣਕ ਹੋਈ ਪਈ ਸੀਗੀ ਵੀ ਦੀਪੀ ਆਈ ਹੀ ਸੀਗੀ, ਹੈ ਨਾ, ਮੇਰੀ ਨਣਦ। ਅਤੇ ਘਰ 'ਚ ਨਾ, ਜੇ ਤੁਹਾਨੂੰ ਪਤਾ ਹੀ ਆ, ਘਰ 'ਚ ਕੁੜੀਆਂ ਆ ਜਾਣ ਤਾਂ ਰੌਣਕ ਵੱਧ ਜਾਂਦੀ ਆ, ਕੁੜੀਆਂ ਅਤੇ ਚਿੜੀਆਂ ਘਰ ਦੀ ਰੌਣਕ ਹੁੰਦੀਆਂ ਨੇ ਜੀ, ਕਹਿੰਦੇ ਹੁੰਦੇ ਨੇ, ਹੈ ਨਾ, ਸਿਆਣੇ। ਅਤੇ ਇਹ ਤਾਂ ਇੰਨਾ ਜੀ ਵੀ ਇੰਨਾ ਲਵਾਉਂਦੀ ਆ, ਜਮ੍ਹਾਂ ਨਹੀਂ ਹੈਗਾ ਇਹਨੂੰ। ਮੈਂ ਹੰਭ ਲਈ ਵੀ ਤੂੰ ਤਾਂ ਕਿਚਨ 'ਚੋਂ ਬਾਹਰ ਖੜ ਜਾ, ਕਹਿੰਦੀ ਕਿਉਂ ਇੱਥੇ ਹੀ ਖੜੂੰਗੀ, ਨਾਲੇ ਤੁਹਾਡੇ ਨਾਲ ਗੱਲਾਂ ਮਾਰੂੰਗੀ, ਨਾਲੇ ਮੈਂ ਨਾਲ ਕੰਮ ਕਰਾਂਗੀ। ਕਹਿੰਦੀ ਮੈਂ ਕਿਹੜਾ ਬੈਠ ਕੇ ਉਹ ਹੋਣਾ, ਬੜੀ ਹੋਣਾ ਹੈ। ਮੈਂ ਬਹੁਤ ਜ਼ੋਰ ਲਾਇਆ ਜੀ, ਮੰਮੀ ਨੇ ਵੀ ਬਹੁਤ ਕਿਹਾ, ਮੈਂ ਵੀ ਬਹੁਤ ਕਿਹਾ। ਕਹਿੰਦੀ ਨਹੀਂ, ਫਿਰ ਥੋੜ੍ਹਾ ਜਿਹਾ ਤਾਂ ਦਿਨ ਦੀ ਦਿਨ ਆਈ ਹਾਂ, ਕਹਿੰਦੀ ਥੋੜ੍ਹਾ ਜਿਹਾ ਟਾਈਮ ਆ, ਕੋਲੇ ਖੜੀ ਖੜੀ ਨਾਲੇ ਹੱਥ ਚਲਾਈ ਜਾਂਦੀ ਹਾਂ, ਨਾਲੇ ਤੁਹਾਡੇ ਨਾਲ ਕੰਮ ਕਰਾਉਂਦੀ ਹਾਂ, ਨਾਲੇ ਗੱਲਾਂ ਮਾਰਦੇ ਜੀ। ਦੇਖ ਲਓ ਇੰਨਾ ਹੁੰਦਾ ਹੈ, ਹੈ ਨਾ। ਇਹ ਜਮ੍ਹਾਂ ਹੀ ਤਾਂ ਹੀ ਦੇਖੋ ਜੀ ਪਿਆਰ ਵੀ ਆਉਂਦਾ ਬੱਚੇ ਦਾ, ਹੈ ਨਾ, ਜੇ ਬੱਚੇ ਆਪਣੇ ਨਾਲ ਆਕਣ ਵਧੀਆ ਪਿਆਰ ਬਣਾ ਕੇ ਰਹਿੰਦੀ ਆ, ਬਹੁਤ ਜ਼ਿਆਦਾ ਹੈ। ਮੈਂ ਹੱਸਣ ਲੱਗ ਗਈ ਇਹਨਾਂ ਨੂੰ, ਮੈਂ ਕਿਹਾ ਜਨਾਨੀ ਤਾਂ ਇੱਕ ਨਹੀਂ ਮਾਣ, ਆਪਾਂ ਤਾਂ 3 ਹੋ ਗਈਆਂ ਰਸੋਈ 'ਚ, ਅੱਜ ਤਾਂ ਅੱਜ ਨਹੀਂ ਛੱਡਦੀਆਂ ਰਸੋਈ ਨੂੰ, ਅੱਜ ਤਾਂ ਆਪਾਂ ਰਸੋਈ ਦੀ ਸੱਤ ਚੱਕ ਦਾਂਗੇ। ਇੱਕਣੇ ਹਾਸਾ ਮੁਖੌਲ ਕਰਦੀਆਂ ਕਰਦੀਆਂ ਨੇ ਜੀ, ਨਾਲੇ ਅਸੀਂ ਸੈਂਡਵਿਚ ਬਣਾ ਲਏ, ਨਾਲੇ ਗੱਲਾਂ ਮਾਰ ਲਈਆਂ, ਨਾਲੇ ਆਪਣਾ ਇੰਜੋਏ ਕੀਤਾ, ਨਾਲੇ ਹੁਣ ਇਹਨਾਂ ਨੂੰ ਦਿੰਦੇ ਹਾਂ ਜੀ ਆਪਾਂ ਖਾਣ ਨੂੰ। ਲਓ ਜੀ, ਆ ਜਾਓ ਤੁਸੀਂ ਵੀ ਖਾਓ ਸੈਂਡਵਿਚ, ਇਹਨਾਂ ਨੂੰ ਆਪਾਂ ਲੱਗੇ ਹਾਂ ਖਿਲਾਉਣ। ਹਾਲੇ ਤੁਸੀਂ ਨਹੀਂ ਚਿੰਬੜ ਗਏ, ਪਲੇਟ ਨੂੰ ਕਦੇ ਹਟਣਾ ਨਹੀਂ। ਅਤੇ ਮੇਰੀ ਵੀਡੀਓ ਦੇਖਦੇ ਨੇ, ਨਾਲੇ ਸੈਂਡਵਿਚ ਖਾ ਰਹੇ ਨੇ ਜੀ। ਦੇਖੋ, ਮਿਲੋ ਮੇਰੀ ਨਣਦ ਨੂੰ। ਹੈਲੋ ਦੇਵੀ, ਆਹ ਮੇਰੀ ਨਣਦ ਦਾ ਮੁੰਡਾ ਜੀ, ਇਹਦਾ ਰਿਜ਼ਲਟ ਆ ਗਿਆ, ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਇਆ, ਵੈਰੀ ਗੁੱਡ। ਨਹੀਂ ਮਤਲਬ ਵਧਾਈਆਂ ਦੇਣੀਆਂ ਭੁੱਲ ਗਈ, ਵੈਰੀ ਗੁੱਡ ਬੇਟਾ, ਵੈਰੀ ਗੁੱਡ। ਅਤੇ ਹਰਸ਼ ਦਾ ਰਿਜ਼ਲਟ ਆਉਣਾ ਹੈ ਨਾ, ਜੁਵੀ ਦਾ ਰਿਜ਼ਲਟ ਆਉਣਾ ਹਜੇ, ਹੈ ਨਾ ਜੁਵੀ। ਜੁਵੀ ਦਾ ਵੀ ਇੱਕ ਪੇਪਰ ਰਹਿ ਗਿਆ ਬਸ ਜੀ, ਫਿਰ ਤਾਂ ਨਾ ਦੋ, ਹਾਂ, ਇੱਕ ਸੋਮਵਾਰ ਦਾ ਇੱਕ ਮੰਗਲਵਾਰ ਦਾ। ਅਤੇ ਆਈ ਹੋਈ ਅੱਜ ਮੇਰੀ ਨਣਦ, ਹੈ ਨਾ, ਅਤੇ ਵੀਡੀਓ ਇੱਥੇ ਦੇਖ ਕੇ ਕੰਮ ਮੁਕਾ ਕੇ ਜਾਊ, ਹੈ ਨਾ, ਘਰ ਜਾ ਕੰਮ ਲੱਗਣਾ ਫਿਰ। ਚਲੋ ਜੀ, ਹੁਣ ਇਹਨਾਂ ਨੂੰ ਖਾਣ ਦਿਓ। ਅਤੇ ਮੰਮੀ ਬਣਾਉਣ ਲੱਗੇ ਹੋਏ ਨੇ ਚਾਏ, ਅਸੀਂ ਹੋਰ ਕਿਸੇ ਨੇ ਪੀਣੀ ਨਹੀਂ, ਉਹ ਕੋਲਡ ਡਰਿੰਕ ਪੀ ਰਹੇ ਨੇ। ਮੰਮੀ ਪਰ ਚਾਹ ਜ਼ਰੂਰ ਪੀਊਗੀ ਮੇਰੀ, ਮੰਮੀ ਤੂੰ ਵੀ ਠੰਡਾ ਲੈ ਲੈਂਦੀ ਨਾਲ, ਮੈਂ ਤਾਂ ਚਾਹ ਪੀਣਾ, ਮੈਨੂੰ ਸਰਦਾ ਚਾਹ।
ਤੇ ਮੈਨੂੰ ਨਾ ਅੱਜ ਮੈਂ ਤਾਂ ਗੁਰਦੁਆਰੇ ਸਾਹਿਬ ਤੋਂ ਆਈ ਹਾਂ ਸੁਖਮਨੀ ਸਾਹਿਬ ਦੀ ਅਰਦਾਸ ਸੀਗੀ ਜੀ ਕਿ ਦੱਸ ਦੇਗਾ ਮੈਂ ਤਾਂ ਡਿੱਕੀ ਹੋਈ ਪਈ ਆ ਮੈਨੂੰ ਤਾਂ ਨਾ ਪੂਰੀਆਂ ਖਾ ਲਈਆਂ ਜੀ ਉੱਥੇ ਅੱਜ ਸੀਗੇ ਪੂਰੀਆਂ ਛੋਲੇ ਸ਼ਾਹੀ ਪਨੀਰ ਚਾਵਲ ਪਰ ਚਾਵਲ ਚੁਗਲ ਤਾਂ ਲਏ ਨਹੀਂ ਪੂਰੀਆਂ ਤੇ ਛੋਲੇ ਖਾ ਲਏ ਹਾਏ ਹਾਏ ਮੇਰੇ ਤਾਂ ਢਿੱਡ ਨੂੰ ਅੱਜ ਥੋੜ੍ਹਾ ਖਾ ਲਏ ਥੋੜ੍ਹਾ ਹੀ ਖਾਧਾ ਸੀ ਮੰਮੀ ਪਤਾ ਨਹੀਂ ਕੀ ਹੋ ਗਿਆ ਖਾਧਾ ਤਾਂ ਮੈਂ ਥੋੜ੍ਹੇ ਹੀ ਸੀਗੇ ਜੀ ਪਰ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਨਾ ਟਿੱਕੀ ਹੋਈ ਪਈ ਆ ਹੁਣ ਮੈਂ ਤਾਂ ਤੇਜ਼ਾਬ ਦਾ ਕੈਪਸੂਲ ਲੈ ਕੇ ਹਟੀ ਹੁਣ ਇਹਨਾਂ ਨੂੰ ਮੈਂ ਖੜਾਉਂਗੀ ਬਸ ਮੈਂ ਨਹੀਂ ਖਾਣੇ ਅੱਜ ਮੈਂ ਬਣਾਏ ਨੇ ਜੀ ਆ ਦੇਖੋ ਮਸ਼ੀਨ ਸੈਂਡਵਿਚ ਮੇਕਰ ਦੇ ਵਿੱਚ ਬਣਾਏ ਨੇ ਬਹੁਤ ਟੇਸਟੀ ਬਣਦੇ ਨੇ ਇੱਦਾਂ ਵੀ ਆਲੂ ਵਾਲੇ ਤਾਂ ਵਧੀਆ ਬਣਦੇ ਨੇ ਸਬਜ਼ੀ ਵਾਲੇ ਨਹੀਂ ਮੈਨੂੰ ਵਧੀਆ ਲੱਗਦੇ ਸਬਜ਼ੀ ਵਾਲੇ ਤਾਂ ਮੈਨੂੰ ਐਂ ਲੱਗਦੇ ਹੁੰਦੇ ਨੇ ਹਾਂ ਗਿਜ ਗਿਜ ਜੀ ਕਰ ਗਿੱਲੇ ਗਿੱਲੇ ਜਿਹੇ ਹੋਣ ਲੱਗਦੇ ਵੀ ਮੇਰੀ ਯੂਟਿਊਬ ਫੈਮਿਲੀ ਜੋ ਹੋ ਗਈ ਭਾਸ਼ਾ ਕਿਸੇ ਜੀ ਬੋਲਦੀ ਹੈ ਗਿਜ ਗਿਜ ਉਹ ਗਿੱਲੇ ਗਿੱਲੇ ਜਿਹੇ ਲੱਗਣ ਲੱਗ ਜਾਂਦੇ ਨੇ ਜੀ ਉਹ ਨਹੀਂ ਵਧੀਆ ਲੱਗਦੇ ਹੈ ਹੁਣ ਇਹਨਾਂ ਨੂੰ ਆਪਾਂ ਖੜਾਉਂਦੇ ਹਾਂ ਡੈਡੀ ਜੀ ਵੀ ਭੁਗਤ ਜਾ ਕੇ ਨਸੀਂ ਨਹੀਂ ਖਾਣੇ ਉਹ ਹੋ ਜਾਂਦਾ ਫਿਰ ਮੰਮੀ ਮੇਰਾ ਮਖੌਲ ਬਹੁਤ ਡਾਉਂਦੇ ਨੇ ਮੈਂ ਤੁਹਾਨੂੰ ਕਹਿ ਦਿੰਦੀ ਹਾਂ ਨਾ ਵੀ ਉਹ ਕੰਮ ਉਹ ਹੋ ਜਾਂਦਾ ਬਾਕੀ ਭੈਣ ਭਾਈ ਮੇਰੇ ਆਪੇ ਸਮਝ ਲੈਂਦੇ ਨੇ ਚਲੋ ਜੀ ਹੁਣ ਮੈਂ ਉਹਨਾਂ ਨੂੰ ਖੜਾ ਦਾ ਫਿਰ ਮਿਲਦੇ ਹਾਂ ਅਸੀਂ ਮੱਥਾ ਟੇਕ ਕੇ ਆਉਣਾ ਇੱਥੇ ਆਪਣੇ ਸਿੰਘ ਸ਼ਹੀਦਾਂ ਦੇ ਫਿਰ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾ ਕੇ ਲੈ ਕੇ ਆਉਂਦੇ ਜੀ ਇਹ ਬਾਬਾ ਜੀ ਸਾਡੇ ਬਹੁਤ ਕਰਨੀ ਵਾਲੇ ਨੇ ਹੈ ਨਾ ਬਹੁਤ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ ਮੇਰੇ ਅਸਲ ਜੀ ਇਹਨੂੰ ਸਾਰਾ ਪਰਿਵਾਰ ਇਹਨਾਂ ਨੂੰ ਬਹੁਤ ਜ਼ਿਆਦਾ ਮੰਨਦੇ ਆ ਹੁਣ ਇਹ ਵੀ ਨੰਦ ਆਹੀ ਹੋਈ ਕਿ ਮੈਂ ਮੱਥਾ ਟੇਕ ਕੇ ਆਉਣਾ ਮੈਂ ਕਿਹਾ ਚੱਲ ਆਪਾਂ ਟੇਕ ਕੇ ਆਉਂਦੇ ਜਾ ਕੇ ਡੈਡੀ ਜੀ ਨਾਲ ਜਾਂਦੇ ਹਾਂ ਅਸੀਂ ਗੱਡੀ 'ਚ ਡੈਡੀ ਜੀ ਥੋੜ੍ਹੀ ਨੇੜੇ ਤਾਂ ਲੈ ਜਾਂਦੇ ਨੇ ਗੱਡੀ ਬਾਜ਼ਾਰ ਬਜ਼ੁਰਗ 'ਚ ਨਹੀਂ ਲੈ ਕੇ ਜਾਂਦੇ ਸਾਡੇ ਆਪਾਂ ਥੋੜ੍ਹੀ ਕੁ ਦੂਰ ਹੀ ਆ ਤਾਂ ਬਸ ਇੱਥੇ ਪਿੰਡ ਬਾਹਰ ਨਿਕਲ ਗਈ ਡੈਡੀ ਜੀ ਨਾਲ ਜਾ ਕੇ ਮੱਥਾ ਟੇਕ ਕੇ ਉਹਨੇ ਤੁਹਾਨੂੰ ਵੀ ਦਿਖਾਉਂਦੇ ਲਓ ਜੀ ਸੈਂਡਵਿਚ ਖਿਲਾ ਕੇ ਹੁਣ ਚਲੇ ਗਏ ਸੀਗੇ ਅਸੀਂ ਮੱਥਾ ਟੇਕਣ ਫਿਰ ਨਵਨੀਤ ਨੂੰ ਵੀ ਅਸੀਂ ਨਾਲੇ ਲੈ ਗਏ ਸੀਗੇ ਮੈਂ ਕਿਹਾ ਤੂੰ ਵੀ ਟੇਕ ਆ ਜਾ ਵੀ ਤੂੰ ਹੁਣ ਚਿਰ ਬਾਅਦ ਦੇ ਬੱਚੇ ਆਉਂਦੇ ਨੇ ਜੀ ਫਿਰ ਮੱਥਾ ਟੇਕ ਆਵੇ ਵਧੀਆ ਹੀ ਹੁੰਦਾ ਯੁਵਰਾਜ ਦਾ ਪੇਪਰ ਸੀ ਜੀ ਉਹ ਬੈਠਾ ਪੜ੍ਹਦਾ ਹੀ ਸੀਗਾ ਉਹ ਕਹਿੰਦਾ ਮੰਮਾ ਕੋਈ ਨਾ ਫਿਰ ਜਾ ਆਊਂਗਾ ਦਾਦੂ ਜਾਂ ਡੈਡੀ ਨਾ ਵੀ ਤੁਸੀਂ ਜਾ ਆਓ ਫਿਰ ਇਹਨੇ ਉਹਦਾ ਪੇਪਰ ਵੀ ਜੀ ਬਹੁਤ ਔਖਾ ਸੀ ਉਹਦੇ ਤਾਂ ਵਿਚਾਰਾ ਨਵਨੀਤ ਨਾ ਇੰਨਾ ਬੈਠਿਆ ਊਂ ਤਾਂ ਬੈਠਾ ਰਿਹਾ ਗੱਲਾਂ ਬਾਤਾਂ ਮਾਰੀ ਗਿਆ ਪਰ ਜ਼ਿਆਦਾਤਰ ਆਪਣਾ ਪੜ੍ਹੀ ਗਿਆ ਉਹਨੂੰ ਇਹ ਸੀ ਵੀ ਕੱਲ੍ਹ ਨੂੰ ਸੋਮਵਾਰ ਨੂੰ ਪੇਪਰ ਸੀਗਾ ਜੀ ਉਹਦਾ ਫਿਰ ਬੱਚੇ ਨੂੰ ਤੁਹਾਨੂੰ ਪਤਾ ਹੀ ਆ ਕੁਛ ਮੈਂ ਕਿੰਨਾ ਮਰਜ਼ੀ ਜ਼ੋਰ ਲਾ ਲਵਾਂ ਵੀ ਇੱਕ ਦੋ ਛੱਡਦੇ ਵਿੱਚੋਂ ਜੀ ਉਹਨੂੰ ਇਹ ਹੁੰਦਾ ਵੀ ਛੱਡਣੇ ਨਹੀਂ ਮੰਮਾ ਜੇ ਛੱਡੇ ਹੋਏ ਉਹੀ ਆ ਗਏ ਫਿਰ ਐਂ ਵੀ ਰਹਿੰਦਾ ਦਿਲ ਵਿੱਚ ਉਹਨੂੰ ਪੜ੍ਹਾਈ ਦਾ ਮੈਂ ਕਿਹਾ ਚੱਲ ਪੜ੍ਹ ਚੱਪਲਾਂ ਵਿੱਚ ਖੋਲ ਦਿਓ ਭਾਈ ਇੱਥੇ ਤਾਂ ਡੌਗੀ ਨਾ ਚੱਪਲਾਂ ਚੱਕ ਕੇ ਲੈ ਜਾਂਦੇ ਨੇ ਨਹੀਂ ਤਾਂ ਚੱਕਦੇ ਵੀ ਇੱਕ ਪੈਰ ਦੀ ਉਹਨੇ ਹੋ 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 ਕਿੰਨਾ ਦਿੱਤਾ ਫਰਸ਼ ਆ ਓਹ ਪੈਰ ਮੱਚ ਗਏ ਖੋਲ ਨਵਨੀਤ ਪੁੱਤ ਲਓ ਜੀ ਹੁਣ ਆ ਗਏ ਸੀਗੇ ਅਸੀਂ ਬਾਬਾ ਜੀ ਦੇ ਦਰ 'ਤੇ ਇਹ ਉਹ ਦਰ ਆ ਜੀ ਜਿੱਥੇ ਆਪਾਂ ਕੁਝ ਵੀ ਮੰਗ ਲਈ ਉਹੀ ਮਿਲਦਾ ਹੈ ਕਿਸੇ ਨੇ ਕੋਈ ਮਿਹਣਾ ਨਹੀਂ ਦੇਣਾ ਕਿਸੇ ਨੇ ਤਾਨਾ ਨਹੀਂ ਦੇਣਾ ਜੀ ਜੋ ਦਿਲ ਖੋਲ੍ਹ ਕੇ ਮੰਗੋ ਜੀ ਜੋ ਵੀ ਮੰਗਣਾ ਪਰਮਾਤਮਾ ਹਰ ਇੱਕ ਦੀ ਝੋਲੀ ਭਰਦੇ ਨੇ ਇਹ ਬਾਬਾ ਜੀ ਦੇ ਜੱਦੀ ਮੈਂ ਲੜਨ ਲੱਗੀ ਹਾਂ ਜੀ ਬਾਬਾ ਜੀ ਨੇ ਕਦੇ ਮੈਨੂੰ ਦੁੱਖ ਤਕਲੀਫ ਨਹੀਂ ਕੋਈ ਵੀ ਦੇਖਣ ਦਿੱਤਾ ਹੈਗਾ ਹਰ ਇੱਕ ਆਪਣੀ ਦੁਆ ਕਬੂਲ ਕੀਤੀ ਆ ਹਰ ਇੱਕ ਗੱਲ ਮੰਨੀ ਹੈ ਇਹਨਾਂ ਨੇ ਬਸ ਪਰਮਾਤਮਾ ਜੀ ਇੱਦਾਂ ਹੀ ਆਪਣਾ ਸਾਥ ਬਣਾਈ ਰੱਖੇ ਕੀ ਮੇਰੇ ਪੁੱਤ ਨੂੰ ਐ ਹੋ ਗਿਆ ਮੇਰੀ ਮੰਮੀ ਫਿਰਦੀ ਆ ਇੱਥੇ ਜੀ ਮੈਨੂੰ ਇੰਨਾ ਹੌਸਲਾ ਹੋਇਆ ਨਾ ਯੁਵਰਾਜ ਨੂੰ ਇੱਕਦਮ ਮੈਨੂੰ ਕਹਿੰਦਾ ਮੰਮਾ ਤੁਸੀਂ ਵੀ ਆ ਕੇ ਬਹਿ ਜਾਓ ਉਰੇ ਸਾਡੇ ਕੋਲ ਉਹਨੂੰ ਇਹ ਹੋ ਗਿਆ ਵੀ ਮੰਮਾ ਕਿਚਨ 'ਚ ਫਿਰਦੇ ਨੇ ਕੰਮ ਕਰਦੇ ਨੇ ਥੱਕ ਗਏ ਹੈ ਨਾ ਜੇ ਬੱਚਾ ਜੀ ਇੱਕਣ ਕਹਿ ਦੇਵੇ ਦੇਖੋ ਕਿੱਡਾ ਹੌਸਲਾ ਵੱਧਦਾ ਮੈਨੂੰ ਤਾਂ ਇੰਨਾ ਚੌ ਚੜਿਆ ਇੰਨਾ ਚੌ ਚੜਿਆ ਵੀ ਉਹਨੂੰ ਐਂ ਹੋ ਫੀਲ ਇਹ ਹੋਇਆ ਜੀ ਬੱਚੇ ਨੂੰ ਹੋਰ ਕੀ ਚਾਹੀਦਾ ਹੈ ਨਾ ਐਡੀ ਵੱਡੀ ਇੱਦਾਂ ਵੀ ਕੋਈ ਉਹ ਸੋਚਦਾ ਜੀ ਨਹੀਂ ਹੁੰਦਾ ਵੀ ਫਿਰਦੀਆਂ ਨੇ ਫਿਰੀ ਜਾਣ ਕੰਮ ਕਰਦੀਆਂ ਨੇ ਕਰੀ ਜਾਓ ਆਹ ਦੇ ਦਿਓ ਐਂ ਹੋਈ ਜਾਂਦਾ ਹੈ ਅਤੇ ਮੈਂ ਇੱਕਣੇ ਹੱਸਦੀ ਸੀਗੀ ਪਹਿਲਾਂ ਮੈਂ ਬਣਾਈ ਹੈ ਜੀ ਪਤੀਨੇ ਦੀ ਚਟਨੀ ਕਿਉਂਕਿ ਮੇਰੀ ਨਣਦ ਦੀ ਸਾਸੂ ਮੰਮਾ ਨੂੰ ਨਾ ਇੰਨੀ ਪਸੰਦ ਆ ਮੇਰੇ ਹੱਥ ਦੀ ਪਤੀਨੇ ਦੀ ਚਟਨੀ ਮੈਂ ਕਿਹਾ ਅੱਜ ਤੈਨੂੰ ਦੇ ਕੇ ਤੋਰਨਾ ਉਹ ਕਹਿੰਦੀ ਨਹੀਂ ਮੈਂ ਲੈ ਕੇ ਜਾਣੀ ਮੈਂ ਕਿਹਾ ਨਾ ਮੈਂ ਤਾਂ ਦੇ ਕੇ ਤੋਰੂੰਗੀ ਅਤੇ ਚਟਨੀ ਕੁੱਟ ਕੇ ਜੀ ਮੈਂ ਉਹਨੂੰ ਡੱਬੀ 'ਚ ਭਰਤੀ ਸੀਗੀ ਅਤੇ ਉਸ ਤੋਂ ਬਾਅਦ ਮੈਂ ਬਣਾਉਣ ਲੱਗ ਗਈ ਸੀਗੀ ਹੁਣ ਇੱਥੇ ਮਿਲਕ ਸ਼ੇਕ ਉਹ ਕਹਿੰਦੇ ਚਾਹ ਅਸੀਂ ਲੈਣਾ ਨਹੀਂ ਪਹਿਲਾਂ ਉਹਨਾਂ ਨੇ ਸੈਂਡਵਿਚ ਨਾ ਕੋਲਡ ਡਰਿੰਕ ਵਗੈਰਾ ਪੀ ਲਏ ਸੀਗੇ ਹੈ ਨਾ ਹੁਣ ਮੈਂ ਕਿਹਾ ਚਲੋ ਫਿਰ ਆਪਾਂ ਮਿਲਕ ਸ਼ੇਕ ਆਹ ਮੈਂਗੋ ਸ਼ੇਕ ਬਣਾ ਕੇ ਪੀਂਦੇ ਹਾਂ ਸੋਰੀ
है ना मैंगो शेक बनाने लग गई सी। मैं कहा क्योंकि मैंगो शेक मैनू भी पसंद आ जी, देखो मैं भी कुछ नहीं सी लिया जिदा गुरुद्वारा साहब तो आ गया, मैं भी कुछ नहीं सी खाता। मैं कहा नाले चल मैं पी लूँगी, नाले भी तुम पी लियो, भी थोड़ा थोड़ा पी लियो चाहे। क्या युवराज पींदा नहीं जी, देखो वो इन्नी माड़ी आदत मैं अंब लैनी हाँ भी पीला पीला। अंब तो खा लेंदा जी, अंब तो उन्हूं फेवरेट ने, अंब उन्हूं वधिया लगते हैं, पर मैंगो शेक नहीं पींदा है बनाया हुआ। ये यह हों जी मैंगो शेक बनाए हुए नाले तो दुध चल जाता चलो थोड़ा बहुत अंदर बच्चे दे भी नाले चलो टेस्टी लगता, उन्होंने पता नहीं क्यों नहीं टेस्टी लगता। मैं तो जी पहले ही, पर कई जवाक होर भी ने जो नहीं पीते है ना, बच्चों की उकने रूटीन बन जाती है जिमें छोटे होंदे नूं गुझा ला, पता नहीं छोटे होंदे नूं मैं दिता ही नहीं क्योंकि जब मैं भी नहीं सी पीती होंगी जी, मैं भी हुणे लगी हाँ थोड़ा कि चरता ही पीण, उदा ही उहदी आदत बन गई शायद मैनूं लगता। जी इत्थे असीं पीण लग गए सीगे मैंगो शेक ते नाले हुण बैठ के मैं कहा आपां 10 मिनट आराम नाल गल्लां मारदे आ। दिन दी दिन भी कादा आउणा हुंदा जी, देखो है ना जानू कम्मां कारां च किचन च निंघ जांदी आपणा टाइम, जानू बंदे रे जाण दा टाइम हो जांदा। एक उहनां दे दो रिश्तेदारी दो पासे जाण करके हो गए, इत्थे भाजी दे जिहड़े साढ़े 2 किलोमीटर ते इक पिंड आ, भाजी की मासी जी की बेटी उत्थे ब्याई हुई है, फिर उन्होंने उधर भी जाना सीगा पिछली बार भी क्योंकि उरे भी मुड़ गई सी वह, फिर उन्होंने यह कहती मैं नहीं उन्होंने भी मिल के आना, चलो हुंदा ही है जी है ना, वह भी उदा ही आ। फिर उधर मिलन करके वह 12:30 का मिलना तो उन्होंने उत्थे ही बजते सीगे, हाँ जी 12:30 का टाइम हो गया सी जब उरे आई है अपनी। पहला तो उरों वह पानी पी के ही मुड़ गई जदे मम्मी होना को, मम्मी तो जूबीओ सी घर, तो मैं तो गुरुद्वारा साहब गई ही सी जिवें तुहानूं दस्सिया, तो वह पानी पी के मम्मी सगों हसन लग गई, कहीं तेरे बगैर वह भी नहीं बैठी हैगी, कहती कहती है जब प्रीत नहीं घर हैगी मेरा भी नहीं जी लगता है, मम्मी असं फेरे मुड़ के आने जानू प्रीत आ जूगी भी जानू चलो हो जूगा। देख लो जी इन्ना करती है मेरी ननद मेरे ना प्यार है ना। लो जी हुण उहदे हो गए सी जाण दा टाइम, तो डैडी जी नूं पता लग गया सी मैं वीडियो बनाउणी आ, डैडी जी उल्ले हो खड़दे सीगे ते उहनूं दिंदे सीगे प्यार पैसे, कहिंदे लै फट अपना किराया लै ला, मखौल करन लगे हुए सीगे उहनूं। ते इधर युवराज बैठा अंदर पढ़ता सीगा जी। बस जी परमात्मा नूं इही अरदास करदी आं भी साडी ननद भरजाई दा प्यार इदां ही बणिया रहे है ना। देखो जी कुड़ियां ने तां बिंद दी बिंद आउणा हुंदा ए, बिंद दी बिंद आ के बेचारियां चल जांदियां ने, इन्हां ना कादे उह हुंदे ने है ना, जिवें आपां वी अपने पेके इकणे बिंद दी बिंद जांदे आ मुड़े आउंदे आ जी है ना, फिर तां वी हुंदा है वी प्यार आ जी, बस प्यार बणिया रहे इदां ही मम्मी दा मोड़ ते सारिआं दा गाहां गाहां पीढ़ियां च ही वधिया हुंदा है जी। ते वैसे भी जी इह तां बहुत वधिया नेचर आ, बहुत प्यार करदी आ क्यों कहीए है ना। लो जी हुण आपां वीडियो दा करदे आ एंड, वीडियो तुहानूं थोड़ी जी वधिया लगी होवे तां लाइक करिओ शेयर करिओ, चैनल ते नवें हो तां चैनल नूं करिओ सबसक्राइब, प्लीज़ वीडियो नूं लाइक करिआ करो जी वध तों वध। मिलदे आ जी इक होर वीडियो च, ओके जी बाय बाय, टेक केयर।